लो जी हो गया स्टार्ट काम। काका लो जी इधर पूरी भाई केड़ा जहाज है रोड़ा छड़ दूगा जगे क्या क्या टुक देंदा है बंदा लत पा के देख नी पूरी ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਇਹਦਾ 5-100 ਰੁਪਏ ਕਿਰਾਇਆ ਏ ਕਿਰਾਏ ਪਰ ਠੀਕ ਆ ਲਿਆ ਕੇ ਇਹ ਤਾਂ ਠੀਕ ਆ ਕਿਰਾਏ ਜੇ ਬਈਆ ਥੋੜੀਆਂ ਲਿਖ ਲਾ ਦੀਏ ਉਹ ਤਾਂ ਫਿਰ ਮੁਕਾਬਲਾ ਕਰ ਲੂਗੇ ਇਹਦਾ ਨਾ ਹਾਂ ਉਹ ਤਾਂ ਕਈ ਦਿਨ ਲੱਗ ਲੜਾ ਐਦੇ ਥੱਲੇ ਵਿਛਾਓ ਇੱਥੇ ਇਹ ਇਹਨੇ ਕੱਢਣੀ ਬਾਹਰ ਇੱਥੇ ਦੇ ਕਰਨਾ ਹਾਂ ਇੱਥੇ ਆਉਣਾ ਇੱਥੇ ਰੋੜਾ ਆਉਣਾ ਇਹਨੇ ਉੱਧਰ ਮਾਰਨੀ ਉੱਥੇ ਥੱਲੇ ਜਿਹੜਾ ਬਰੀਕ ਬਰੂਕ ਹੋਊਗਾ ਮੜਾ ਜੇ ਥੱਲੇ ਹੀ ਕਰਦੀ ਨਹੀਂ ਪਰ ਅਜੇ ਤਾਂ ਤੁਹਾਨੂੰ ਅੱਗੇ ਪਿੱਛੇ ਕਰਨਾ ਪੈਣਾ ਪੂਰੀ ਲੋਹਾ ਹੋ ਪੂਰੀ ਪੂਰੀ ਓਏ लोहा रेल गड्डी वाला लाया पे नु हां रोगी पर रेल गड्डी वाला भाई लोहा बहुत हैवी लगया पे पूरी ओ कानपुर वाला असला जेड़ा लोड करना आ गया बारूद आ गया बारूद आ गया भाई आ ट्राला ही कर दूंगा डैडी जी हां घंटे च कर देना पौने वाले चाहिए बंदे अच्छा आउन दे भाई आए ना के अपने घर दा भेत सारे नु हुंदा पूरी के ड्राइवरी दा तू तेरे होल तन्नू पूरा भेत आ जमी जड़ चलवा चल भी जगे मारो हैंडल बारूद दे लो पिछे टायल पिछे दूआ हम बराबर गढ़ देना इन्हें हाँ 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 चिकना हाँ भाई बिच बिच कोई टायल है सारी जगे किन्ने दा इंजन है टू सिलेंडर का फोर सिलेंडर 14 दा है तू गया नहीं एक का बंदा आ गया जी हट हां जी चला दो इन हूं भैया भज गया भैया भज गया कहने भैया पंजा लेन गया जी दो जने गए पूरे किन्ने बंदे दस है 8-9 चाहिदा भी इन्ने ही है जे खाली चली गई कोई फायदा नहीं बड़ी मशीन बड़ी है जग्गा हड गोडे देखदा बिच भी किधर तू किहड़ा चलदा है लेके प्रोजेक्ट लाउंदा कहंदा मैं बड़ा नहीं पूरी किन्ने डंडे हिलदे बिच सलाब अपने चल भाई लो जी हो गया स्टार्ट काम करोड़ा
आवाज कहते इन ए रोड़ा ना दी नाले बाहर चीज बढ़िया भाई उधर प्रधान जी भुसरे पे है रोड़ी वाला काम है बहुत तेज आवे मशीन वाला दे दो एक कमरा दो कमरा तीन कमरे करते पल्ली वाला काम ठीक है जी पल्ली वाला काम सब ते वधिया नहीं तां स्लेब भरी जाओ दसरे का कम तो दकमड़ है जी बल्ली वाला काम वधिया पता नहीं था मैं दसा मेरे रिश्तेदार ने बल्ली बिछाई थी स्पीडे बहुत सारे कमरे कढ़ते देख लो भाई स्पीड इन्नी है फोन लगी रही हले घंटा को होया एक कमरा दो कमरा तीया कमरा तैयार है चलो भाई लो जी इधर रोडी भाई ਕਿਵੇਂ ਆ ਵਧੀਆ ਵਧੀਆ ਕੀ ਕਰਦਾ ਵਧੀਆ ਵਧੀਆ ਆ ਚਾਬੀ ਬਹੁਤ ਢਾੜੀ ਬੁਲਾਈ ਵੀ ਹੈ ਓ ਯਾਰ ਗਰੀਬੀ ਆ ਗਈ ਹੁਣ ਆ ਵੀ ਹਾਲ ਖੇਲਦਾ ਕਿਆ ਯਾਰ ਭਾਂਡੇ ਜੇ ਖੜ ਕੇ ਪਈ ਆ ਹੁਣ ਛੇੜਨਾ ਯਾਰ ਤੂੰ ਐ ਨਾ ਕਰੇ ਕਰ ਐਨੀ ਗਰੀਬੀ ਆ ਗਈ ਗਰੀਬੀ ਤਾਂ ਹੁਣ ਤੈਨੂੰ ਪਤਾ ਹੀ ਆ ਕੰਮ ਛੇੜਿਆ ਤੇ ਫੇਰ ਇੱਕ ਸਾਈਡ ਪੈਸੇ ਲੱਗੀ ਜਾਂਦੇ ਤਾਂ ਹੀ ਨਹੀਂ ਅੱਜ ਬਾਈ ਇਹਨੇ ਮੈਨੂੰ ਸਵੇਰ ਦਾ ਤਿੰਨ ਚਾਰ ਵਾਰ ਦੇਖ ਲਿਆ ਕਹਿੰਦਾ ਅੱਜ ਮੋਟਰਸਾਈਕਲ ਚੱਲਦਾ ਹੈ ਹਾਂ ਮੈਂ ਕਿਹਾ ਬੋਟ ਪਾ ਨਹੀਂ ਕਾਲੇ ਚੱਕਦਾ ਗਰੀਬੀ ਆ ਗਈ ਗਰੀਬੀ ਆ ਗਈ ਨਹੀਂ ਪਤਾ ਕੀ ਗੱਲ ਹੈ ਦੇਖਣਾ ਕੋਈ ਸਮਾਨ ਸਮੂਨ ਲਿਆਉਣਾ ਹੈ ਇਹਦੇ ਪਰ ਆ ਜਾਂਦਾ ਫਿਰ ਬੁਲਟ ਪਾਉਂਦਾ ਨਹੀਂ ਨਾ ਹੈਗਾ ਬੁਲਟ ਪਰ ਤਾਂ ਬਹਿੰਦੇ ਹੀ ਦੋ ਜਾਣੇ ਬਹੁਤ ਸਮਾਨ ਕਿੱਥੇ ਰੱਖੂੰਗਾ ਇਹਦੇ ਪਰ ਆਏ ਇਹਦੇ ਪਰ ਸਮਾਨ ਵੀ ਆ ਜਾਂਦਾ ਜੋ ਮਰਜ਼ੀ ਲੱਦ ਲਿਆ ਇਹ ਵੀ ਆਏ ਨਾ ਪਤਾ ਨਹੀਂ ਇਹ ਖੜਕ ਗਿਆ ਸਾਲਾ ਮੂੰਹ ਤੇ ਟਾਪਾ ਜਾ ਪਾਉਂਗਾ ਹੁਣ ਨਵਾਂ ਮੂੰਹ ਕਹੂੰਗਾ ਦਿਵਾਲੀ ਆਉਂਦੀ ਕਾ ਬਦਲ ਦੋ ਇਹਨੂੰ ਲੈ ਬਾਈ ਜੀ ਇਹਦੇ ਪਰ ਲੱਗਣਾ ਏ 7-800 ਰੁਪਿਆ ਨਵੇਂ 50,000 ਲਵਾ ਦੇ 7-800 ਰੁਪਏ ਚ ਸਰਦਾ ਇਹ ਤਾਂ ਬਈ ਘਾਟੇ ਵਾਲੇ ਆ ਗਰੀਬੀ ਲੈਣ ਚ ਸਰ ਲੈਣਾ ਕੰਮ ਨਵੇਂ ਪਤਾ ਕੀ ਗੱਲਾਂ ਲੱਗਣੇ ਉਹਨੂੰ ਤਾਂ ਕਿਹੜਾ ਬਾਰ-ਬਾਰ ਲੱਗਣੇ ਆ ਅਰੇ ਤਾਂ ਲਾਈ ਜਾਓ 2 ਮਹੀਨੇ ਬਾਅਦ ਲਾਉਣੇ ਤਾਂ ਕਹੇ 2 ਮਹੀਨੇ ਬਾਅਦ ਸੋਈ ਲੱਦਾ ਏ ਇਕੱਠਾ 50,000 ਲਾਉਣ ਗਿਲ ਤਾਂ ਠੀਕ ਹੈ ਨਹੀਂ ਨਵੇਂ ਤੇਲ ਵੀ ਵੱਧ ਪਿੰਦੇ ਬਾਈ ਇਹ ਪੁਰਾਣੇ ਮੋਟਰਸਾਈਕਲਾਂ ਦਾ ਨਹੀਂ ਐਵਰੇਜ ਵੀ ਜ਼ਿਆਦਾ ਹੈ ਬੋਲਟ ਵਾਲੀ ਲੱਗ ਜਾਂਦੀ ਹੈ ਹਾਂ ਹਾਂ ਇਹਦਾ ਲੌਕ ਉਹ ਆ ਨਾ ਤੈਨੂੰ ਪਤਾ ਪੁਰਾਣਾ ਮਾਡਲ ਹੋ ਗਿਆ ਹੁਣ ਘੱਸ ਗਏ ਥੋੜੀ ਅੱਜ ਕਹਿੰਦੇ ਘਰੇ ਤਾਂ ਹੈ ਨਾ ਕੰਪਰ ਗਿਆ ਮਿੱਟੀ ਤਾਂ ਲੱਗੀ ਨਹੀਂ ਵੀ ਹੈਗੀ झूठ ना बोल भाई रोडी का काम है ये कहने कोई भी पुरानी चीज हो खरीद तैयार है कोई जाली हो दरवाजा हो पक्की गल पुरानी चीज भाई ਇਹਦੀ ਮੰਮੀ ਕਹਿੰਦੀ ਹੈ ਕਹਿੰਦੀ ਅਸੀਂ ਲਾਉਣੀਆਂ ਪੁਰਾਣੀਆਂ ਚੀਜ਼ਾਂ ਇਹ ਕਹਿੰਦਾ ਨਵੀਆਂ ਲਾਉਣੀਆਂ ਹੁਣ ਦੱਸੋ ਕਿਹਦੀ ਕਿਹਦੀ ਮੰਮੀ ਹੈ ਮੰਮੀ ਪੁਰਾਣੇ ਰਵਾਦੀ ਹੈ ਹਾਂ ਮੰਮੀ ਦੇ ਪੁਰਾਣੇ ਦੇ ਤੂੰ ਫਿਰ ਨਵੀਂ ਚੀਜ਼ ਰੋਟੀ ਚੱਲਦੀ ਹੈ
ਹਜ਼ਾਰੋਂ ਸਾਲ ਪੁਰਾਣੀ ਚੀਜ਼ ਥੋੜਾ ਟਾਈਮ ਚੱਲਦੀ ਹੈ, ਹੁਣ ਨਵੀਂ ਚੀਜ਼ ਤੈਂ ਚੀਜ਼ ਲਊਂਗਾ 10 ਸਾਲ ਕੱਢੂਗੀ, ਚੱਲਦੀ ਲਊਂਗਾ 2 ਸਾਲ ਹੈ, ਫਿਰ ਗਲ ਜਾਣੀ ਜਾਂ ਕੁਛ ਹੋਣਾ ਅਜਾਲੀਆਂ ਨਵੀਆਂ ਲਵਾਈਆਂ ਤੇਰੇ ਲੈ ਕਿੰਨੇ ਸਾਲ ਹੋ ਗਏ, 5-6 ਸਾਲ ਹੋ ਗਏ ਬਾਈ, ਜੇ ਚੱਲਦੀਆਂ ਨਹੀਂ ਹੁੰਦੀਆਂ ਉਹਨੂੰ ਗਲ ਕੇ ਗਿਰ ਜਾਣੀਆਂ ਪੱਕੀਆਂ ਇਹ ਬਾਈ ਜ਼ਿਆਦਾ ਰੋਡੀ ਨੇ ਜਾਲੀਆਂ ਲਵਾਈ ਆਪਾਂ ਕਿੰਨੇ ਲੱਗੇ ਨੇ 12,000 ਲੱਗੇ ਨੇ, ਹੁਣ 20 ਦੀਆਂ ਹੋਣੀਆਂ, ਲੋਹਾ ਮਹਿੰਗਾ ਹੈ, ਲੋਹਾ ਬਹੁਤ ਮਹਿੰਗਾ ਹੋ ਗਿਆ ਜਾਂ ਲੋਹਾ ਸਸਤਾ, ਰੇਲਾ ਨਹੀਂ ਆ ਕਿਸੇ ਟਾਈਮ ਖੁੱਲ੍ਹਾ ਹੁੰਦਾ ਤਾ ਖੁੱਲ੍ਹਾ ਹੁੰਦਾ, ਬਾਕੀ ਰੋਡੀ ਤਾਂ ਚੋਇਸ ਕਿਹੜੀ ਹੈ, ਕਿਹੜਾ ਰੰਗ ਕਰਨਾ ਹੁਣ ਚਿੱਟਾ ਕਰਨਾ ਹੈ ਬਾਈ, ਮੁੰਡਾ ਚਿੱਟੇ ਰੰਗ ਦਾ ਫੈਨ ਹੋ ਗਿਆ ਕਹਿੰਦਾ ਚਿੱਟਾ ਹੀ ਰੰਗ ਕਰਨਾ, ਨਹੀਂ ਕੋਈ ਨਹੀਂ ਕਰਨਾ, ਗੱਡੀ ਵੀ ਚਿੱਟੀ, ਮਕਾਨ ਵੀ ਚਿੱਟਾ, ਕੱਪੜਾ ਵੀ ਚਿੱਟਾ, ਵਧੀਆ ਲੱਗਦਾ, ਲਓ ਜੀ ਆ ਦੇਖੋ ਦੀਵਾਲੀ ਤੱਕ ਤੁਹਾਨੂੰ ਚਿੱਟਾ ਕਰਕੇ ਦਿਖਾ ਦੇਣਾ, ਆ ਨਿੰਮ ਕਿੱਥੇ ਗਈ, ਦੇਖੋ ਡੋਡਾ ਜਿਹਾ ਛੱਡਤਾ, ਬਾਲਣ ਕਿੰਨਾ ਕਰਦਾ, ਚਲ ਉਹਨੇ ਪੱਤੇ ਜੇ ਖੜੀ ਜਾਂਦੇ ਉਹਨੇ, ਇਹ ਵੀ ਗੱਲ ਨੀ ਬਾਈ ਪੱਤੇ ਜੇ ਖੜੀ ਜਾਣੇ ਉਹ ਕਰਤਾ ਡੁੰਡੇ ਜਾ, ਪੱਤੇ ਜੇ ਖੜੀ ਜਾਂਦੇ ਚੰਗਾ ਲੱਗਦਾ, ਹੋ ਗਿਆ ਲੋਟ, ਬੈਂਗਣ ਲਾਏ ਆ, ਕੋਈ ਬੂਟਾ ਲੱਗਿਆ ਵੀ ਹੈਗਾ ਤੁਹਾਨੂੰ, ਲੱਗਦਾ ਹੈ ਲਈ ਬੜੇ ਵੀ ਕਰੇ ਸੇਵਾ ਵੀ ਕਰੀ ਕੁਛ ਨੀ ਲੱਗਿਆ ਬਾਈ, ਬੂਟੇ ਖਾਲੀ ਦੇ ਖਾਲੀ ਆ, ਇਹ ਬੀਜ ਮਾੜਾ ਆ ਗਿਆ ਨਾ, ਮਿਰਚ ਲਾਤੀ ਆ, ਤੁਸੀਂ ਕਿਹੜੇ ਬੜੀ ਹੁਣ ਦਿੰਦੇ ਤੋੜ ਕੇ ਖਾ ਜਾਂਦੇ ਆ, ਠੀਕ ਆ।